ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਧੋਖਾਧੜੀ ਵੱਧ ਗਈ ਹੈ, ਝੂਠ ਫਰੇਬ ਹਰ ਜਗ੍ਹਾ ਐਸਾ ਫੈਲ ਗਿਆ ਹੈ। ਕਿਸ ਦੇ ਉੱਤੇ ਭਰੋਸਾ ਕਰੀਏ ਅਤੇ ਕਿਸ ਦੇ ਉੱਤੇ ਨਾ ਕਰੀਏ, ਇਹ ਸਮਝ ਹੀ ਨਹੀਂ ਆਉਂਦਾ ਹੈ। ਸਾਹਮਣੇ ਵਾਲਾ ਬੰਦਾ ਜਿਹੜਾ ਸਾਡੇ ਸਾਹਮਣੇ ਬੈਠਾ ਹੈ, ਸਾਡੇ ਨਾਲ ਗੱਲ ਕਰ ਰਿਹਾ ਹੈ, ਬੜੀ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ, ਪਰ ਉਸ ਦੇ ਅੰਦਰ ਸਾਡੇ ਪ੍ਰਤੀ ਕੀ ਚੱਲ ਰਿਹਾ ਹੈ। ਗੱਲਾਂ ਤਾਂ ਸਾਡੇ ਨਾਲ ਮਿੱਠੀਆਂ ਮਿੱਠੀਆਂ ਕਰ ਰਿਹਾ ਹੈ, ਪਰ ਅੰਦਰੋਂ ਇਹ ਸੋਚ ਰਿਹਾ ਹੈ ਕਿ ਇਹ ਬੰਦਾ ਕਿੰਨਾ ਖਰਾਬ ਹੈ, ਇਹਦਾ ਇਹ ਹੋ ਜਾਵੇ, ਉਹ ਹੋ ਜਾਵੇ, ਕੁਛ ਵੀ ਸੋਚ ਰਿਹਾ ਹੁੰਦਾ ਹੈ ਤਾਂ ਉਹ ਸਾਨੂੰ ਪਤਾ ਨਹੀਂ ਚੱਲਦਾ, ਠੀਕ ਹੈ ਨਾ। ਇੱਕ ਵਾਰੀ ਕੀ ਵੀਡੀਓ ਵੀ ਇੱਕ ਮੈਂ ਦੇਖੀ ਸੀ, ਛੋਟੀ ਜਿਹੀ, ਉਹਦੇ ਵਿੱਚ ਇੱਕ ਮੁੰਡਾ ਆਪਣੀ ਬਜ਼ੁਰਗ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲਈ ਆਉਂਦਾ ਹੈ ਕਿ ਮੈਂ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕਦਾ, ਹੈ ਨਾ। ਉਹ ਕਹਿੰਦਾ ਹੈ ਜਾਂ ਤਾਂ ਮੈਂ ਆਪਣੀ ਪਤਨੀ ਦੀ ਸੇਵਾ ਕਰ ਸਕਦਾ ਹਾਂ ਜਾਂ ਮੈਂ ਮਾਂ ਦੀ ਸੇਵਾ ਕਰ ਸਕਦਾ ਹਾਂ, ਮੇਰੀ ਪਤਨੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਇਸ ਕਰਕੇ ਮੈਂ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਆਇਆ। ਅਤੇ ਕਹਿਣ ਦਾ ਭਾਵ ਇਹ ਹੈ ਕਿ ਜ਼ਮਾਨਾ ਇੰਨਾ ਖਰਾਬ ਆ ਗਿਆ ਹੈ ਕਿ ਆਪਣੇ ਬੱਚਿਆਂ ਤੱਕ ਦਾ ਆਪਣਾ ਭਰੋਸਾ ਨਹੀਂ ਕਰ ਸਕਦੇ, ਦੂਜਿਆਂ ਦਾ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਐਸੀ ਅਸੀਂ ਯੁਕਤੀ ਦੱਸਾਂਗੇ, ਇੱਕ ਐਸਾ ਉਪਾਅ ਦੱਸਾਂਗੇ ਜਿਸ ਦੇ ਨਾਲ ਤੁਸੀਂ ਸਾਹਮਣੇ ਵਾਲਾ ਜੋ ਤੁਹਾਡਾ ਬੰਦਾ ਤੁਹਾਡੇ ਸਾਹਮਣੇ ਬੈਠਾ ਹੈ ਉਹ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ, ਅੱਛਾ ਜਾਂ ਬੁਰਾ, ਤੁਹਾਨੂੰ ਪਤਾ ਚੱਲ ਸਕਦਾ ਹੈ। ਇਸ ਤਰ੍ਹਾਂ ਕਿ ਤੁਸੀਂ ਦੇਖੋ ਕੋਈ ਕੰਮ, ਜਿਵੇਂ ਸਮਝ ਲਓ ਤੁਸੀਂ ਸ਼ਾਦੀ ਵਿਆਹ ਦਾ ਹੀ ਕੋਈ ਕੰਮ ਕਰਨ ਜਾ ਰਹੇ ਹੋ, ਹੈ ਨਾ, ਅਤੇ ਸਾਹਮਣੇ ਬੈਠੇ ਹੋ ਅਤੇ ਉਸ ਦੇ ਬਾਰੇ ਤੁਹਾਨੂੰ ਪਤਾ ਕਰਨਾ ਹੈ ਕਿ ਇਹ ਫੈਮਿਲੀ ਕਿਸ ਤਰ੍ਹਾਂ ਦੀ ਹੈ ਜਾਂ ਮੁੰਡਾ ਕਿਸ ਤਰ੍ਹਾਂ ਦਾ ਹੈ, ਤਾਂ ਫਿਰ ਉਹ ਜੋ ਤੁਸੀਂ ਤੁਹਾਡੇ ਬਾਰੇ ਉਹ ਤੁਹਾਡੇ ਨਾਲ ਫਰੋਡ ਤਾਂ ਨਹੀਂ ਕਰ ਰਹੇ, ਰਿਸ਼ਤਾ ਜੁੜਨ ਜਾ ਰਹੇ ਹਨ, ਅਤੇ ਉਹ ਸਭ ਗੱਲਾਂ ਦਾ ਤੁਹਾਨੂੰ ਪਤਾ ਚੱਲ ਸਕਦਾ ਹੈ। ਜਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਹੋ, ਉਸਦੇ ਨਾਲ ਇਨਵੈਸਟਮੈਂਟ ਕਰ ਰਹੇ ਹੋ ਇੰਨੇ ਵੱਡੇ ਪੈਸਿਆਂ ਦੀ, ਹੈ ਨਾ, ਅਤੇ ਉਸ ਬੰਦੇ ਦੇ ਮਨ ਵਿੱਚ ਕਿਸੇ ਖੋਟ ਤਾਂ ਨਹੀਂ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਇਹੋ ਜਿਹੇ ਬੰਦੇ ਹੁੰਦੇ ਹਨ ਕਿ ਪੈਸੇ ਵਾਲੇ ਬੰਦਿਆਂ ਨੂੰ ਫੜਦੇ ਹਨ, ਉਹ ਕੀ ਕਰਦੇ ਹਨ ਕਿ ਹਾਂ ਹਾਂ ਚੱਲ ਚੱਲ ਆਪਾਂ ਨਵਾਂ ਕੰਮ ਸ਼ੁਰੂ ਕਰਦੇ ਹਾਂ, ਮਿਲ ਕੇ ਨਵਾਂ ਕੰਮ ਸ਼ੁਰੂ ਕਰਦੇ ਹਾਂ, ਅਤੇ ਜਦੋਂ ਬਿਜ਼ਨਸ ਡਿਵੈਲਪ ਹੋ ਜਾਂਦਾ ਹੈ, ਚੰਗਾ ਚੱਲ ਜਾਂਦਾ ਹੈ, ਅਤੇ ਉਸ ਬੰਦੇ ਨੂੰ ਜਿਸ ਨੇ ਪੈਸਾ ਲਗਾਇਆ ਹੁੰਦਾ ਹੈ ਉਸਨੂੰ ਸਾਈਡ 'ਤੇ ਕਰ ਲੈਂਦੇ ਅਤੇ ਆਪਣਾ ਸਾਰਾ ਕੁਝ ਆਪਣੇ ਨਾਮ ਕਰ ਲੈਂਦੇ ਉਹ ਬਿਜ਼ਨਸ। ਅਤੇ ਇੱਥੇ ਇਸ ਤਰ੍ਹਾਂ ਤੁਸੀਂ ਧੋਖਾ ਨਾ ਤੁਸੀਂ ਖਾ ਸਕੋ, ਅਤੇ ਇਹ ਉਪਾਅ ਤੁਸੀਂ ਇੱਥੇ ਵੀ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਦੇਖੋ, ਇਹ ਸਭ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹ ਸਭ ਸੱਚਾਈ ਹੈ। ਅੱਜ ਕੱਲ੍ਹ ਭਰਾ ਭੈਣ ਦਾ ਕਿਸੇ ਦਾ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ, ਕਿਉਂਕਿ ਜ਼ਮਾਨਾ ਇਹ ਕਲਯੁੱਗ ਆ ਗਿਆ ਹੈ ਨਾ। ਕਲਯੁੱਗ ਵਿੱਚ ਕਿਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਤਾਂ ਬੜੀ ਹੀ ਸਿੰਪਲ ਤਰੀਕੇ ਨਾਲ ਜੋ ਮੈਂ ਤੁਹਾਨੂੰ ਦੱਸਾਂਗੀ ਇਸ ਵੀਡੀਓ ਦੇ ਅੰਤ ਵਿੱਚ, ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹਿਣਾ ਕਿਉਂਕਿ ਵੀਡੀਓ ਤੁਹਾਡੇ ਫਾਇਦੇ ਵਾਸਤੇ ਹੈ, ਠੀਕ ਹੈ ਜੀ। ਅਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਸਾਹਮਣੇ ਵਾਲੇ ਦਾ ਮਨ ਪੜ ਸਕਦੇ ਹੋ, ਉਹਦੇ ਸੀਕ੍ਰੇਟ ਜਾਣ ਸਕਦੇ ਹੋ, ਉਸ ਦੇ ਅੰਦਰ ਕੀ ਚੱਲ ਰਿਹਾ ਹੈ ਤੁਹਾਨੂੰ ਪਤਾ ਚੱਲ ਸਕਦਾ ਹੈ। ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ। ਅਤੇ ਤੁਸੀਂ ਕੀ ਕਰਨਾ ਹੈ, ਇੱਕ ਚਿੱਟਾ ਕਾਗਜ਼ ਲੈਣਾ ਹੈ, ਠੀਕ ਹੈ। ਚਿੱਟਾ ਕਾਗਜ਼ ਲੈ ਕੇ ਉਸ ਦੇ ਉੱਪਰ ਨੀਲੇ ਪੈਨ ਨਾਲ ਜਾਂ ਨੀਲੇ ਮਾਰਕਰ ਨਾਲ ਨੰਬਰ ਲਿਖ ਦੇਣਾ ਹੈ 6 3 7। ਪੰਜਾਬੀ ਵਿੱਚ ਵੀ ਬੋਲ ਦਿੰਦੀ ਹਾਂ, 6
3 7 ਠੀਕ ਹੈ। ਇਹ ਨੰਬਰ ਲਿਖ ਦੇਣਾ ਹੈ ਅਤੇ ਉਸ ਦੇ ਥੱਲੇ ਨੰਬਰ ਲਿਖ ਕੇ ਉਸ ਦੇ ਥੱਲੇ ਬਣਾਉਣਾ ਹੈ ਐਰੋ ਦਾ ਨਿਸ਼ਾਨ, ਤੀਰ ਦਾ ਨਿਸ਼ਾਨ। ਅਤੇ ਤੀਰ ਦੇ ਐਰੋ ਦਾ ਜਿਹੜਾ ਤੀਰ ਦਾ ਨਿਸ਼ਾਨ ਜਿਹੜਾ ਪਾਉਣਾ ਹੈ, ਉਸ ਦਾ ਜਿਹੜਾ ਨਿਸ਼ਾਨ ਹੈ ਉਹ ਸਾਹਮਣੇ ਵੱਲ ਹੋਣਾ ਚਾਹੀਦਾ। ਮਤਲਬ ਜਿਹੜਾ ਸਾਡੇ ਸਾਹਮਣੇ ਉਹ ਮਨੁੱਖ ਬੈਠੇਗਾ ਉਸ ਦੇ ਵੱਲ ਉਹ ਤੀਰ ਦਾ ਨਿਸ਼ਾਨ ਹੋਣਾ ਚਾਹੀਦਾ ਹੈ। ਅਤੇ ਉਸ ਤੋਂ ਬਾਅਦ ਦੋ ਲਾਈਨਾਂ ਨੀਚੇ ਮਾਰ ਦੇਣੀਆਂ ਹੈ, ਸਿੰਪਲ ਬਸ। ਇਸ ਪਰਚੀ ਨੂੰ ਲੈ ਕੇ ਤੁਸੀਂ ਹਮੇਸ਼ਾ ਆਪਣੀ ਜੇਬ ਵਿੱਚ ਰੱਖਣਾ ਹੈ। ਇਸ ਜਿਹੜਾ ਇਹ ਨੰਬਰ ਹੈ ਇਹਦੇ ਵਿੱਚ ਇੰਨੀ ਤਾਕਤ ਹੈ ਕਿ ਤੁਸੀਂ ਆਪਣੀ ਜੇਬ ਵਿੱਚ ਰੱਖੋਗੇ ਨਾ ਇਸਨੂੰ, ਜਿੱਥੇ ਵੀ ਤੁਸੀਂ ਕਦੀ ਬਿਜ਼ਨਸ ਨਵਾਂ ਸ਼ੁਰੂ ਕਰਨ ਜਾ ਰਹੇ ਹੋ ਜਾਂ ਕੋਈ ਵੀ, ਜਿਸ ਦਾ ਮੈਂ ਤੁਹਾਨੂੰ ਅੱਗੇ ਵੀਡੀਓ ਵਿੱਚ ਉਦਾਹਰਣ ਦਿੱਤੇ ਹੀ ਹਾਂ, ਉਹ ਸਭ ਕੰਮ ਕਰਨ ਜਾ ਰਹੇ ਹੋ, ਤਾਂ ਇਹ ਪਰਚੀ ਦਾ ਨੰਬਰ ਤੁਸੀਂ ਹਮੇਸ਼ਾ ਆਪਣੇ ਕੋਲ ਰੱਖੋ। ਸਿਰਫ ਇੰਨਾ ਹੀ ਨਹੀਂ, ਜਿਸ ਵੇਲੇ ਤੁਸੀਂ ਕਿਸੇ ਦੇ ਸਾਹਮਣੇ ਬੈਠੇ ਹੋ ਤਾਂ ਤੁਸੀਂ ਚਾਹ ਰਹੇ ਹੋ ਉਸ ਦੇ ਬਾਰੇ ਜਾਣਨਾ, ਪਰਚੀ ਤਾਂ ਰੱਖਣੀ ਹੈ ਆਪਣੇ ਕੋਲ, ਉਸ ਦੇ ਇਲਾਵਾ ਤੁਸੀਂ ਆਪਣੇ ਮਨ ਵਿੱਚ ਇਸ ਨੰਬਰ ਨੂੰ ਚੈਂਟ ਕਰਦੇ ਜਾਓ। ਚੈਂਟ ਕਰਨ ਦਾ ਮਤਲਬ ਹੈ ਮਨ ਦੇ ਮਨ ਵਿੱਚ ਬੋਲਦੇ ਜਾਓ, 6 3 7 6 3 7 6 3 7 ਇਸ ਤਰ੍ਹਾਂ ਬੋਲਦੇ ਜਾਓ। ਇਸ ਤੋਂ ਇਲਾਵਾ ਤੀਸਰਾ ਵੀ ਤੁਹਾਨੂੰ ਮੈਂ ਦੱਸਦੀ ਹਾਂ, ਹੋਰ ਇਫੈਕਟ ਪਏਗਾ, ਹੋਰ ਉਪਾਅ ਦਾ ਅਸਰ ਆਏਗਾ। ਕਲੀਅਰ ਤੁਹਾਨੂੰ ਕੱਟ ਕਲੀਅਰ ਕੱਟ ਕ੍ਰਿਸਟਲ ਇੱਕਦਮ ਪਿਕਚਰ ਉਸ ਸਾਹਮਣੇ ਵਾਲੇ ਬੰਦੇ ਦੀ ਦਿਖ ਜਾਏਗੀ। ਕੀ ਕਰਨਾ ਹੈ, ਘਰ ਵਿੱਚ ਤੁਸੀਂ ਇੱਕ ਚਿੱਟੀ ਬੋਤਲ ਲੈ ਲੈਣੀ ਹੈ, ਠੀਕ ਹੈ। ਚਿੱਟੀ ਬੋਤਲ ਮਤਲਬ ਕੱਚ ਦੀ ਹੋ ਗਈ ਜਾਂ ਪਲਾਸਟਿਕ ਦੀਆਂ ਵੀ ਚਿੱਟੀਆਂ ਬੋਤਲਾਂ ਆਉਂਦੀਆਂ ਹਨ, ਉਸ ਦੇ ਉੱਤੇ ਤੁਸੀਂ ਨੀਲੇ ਪੈਨ ਨਾਲ ਇਹੀ ਵਾਲਾ ਨੰਬਰ ਲਿਖ ਲੈਣਾ ਹੈ, ਐਰੋ ਦਾ ਨਿਸ਼ਾਨ ਬਣਾ ਲੈਣਾ ਹੈ ਅਤੇ ਥੱਲੇ ਦੋ ਲਾਈਨਾਂ ਪਾ ਦੇਣੀਆਂ। ਅਤੇ ਉਸ ਪਾਣੀ ਨੂੰ, ਉਹ ਬੋਤਲ ਵਿੱਚ ਪਾਣੀ ਭਰ ਕੇ ਰੱਖੋ ਹਮੇਸ਼ਾ, ਅਤੇ ਉਹ ਜਦੋਂ ਵੀ ਤੁਹਾਨੂੰ ਪਿਆਸ ਲੱਗੇ ਉਹੀ ਵਾਲਾ ਪਾਣੀ ਪੀਓ, ਠੀਕ ਹੈ। ਅਤੇ ਉਸ ਦੇ ਨਾਲ ਕੀ ਹੋਏਗਾ, ਤੁਹਾਡੇ ਅੰਦਰ ਹੌਲੀ ਹੌਲੀ ਐਸੀ ਤਾਕਤ ਆ ਜਾਏਗੀ ਕਿ ਉਹ ਤੁਹਾਨੂੰ ਆਪਣੇ ਆਪ ਹੀ, ਤੁਹਾਨੂੰ ਸਾਹਮਣੇ ਵਾਲੇ ਬੰਦੇ ਦਾ ਮਨ ਤੁਸੀਂ ਹਮੇਸ਼ਾ ਵਾਸਤੇ ਪੜ੍ਹ ਲਓਗੇ ਕਿ ਇਹ ਬੰਦੇ ਦੇ ਮਨ ਵਿੱਚ ਖੋਟ ਚੱਲ ਰਿਹਾ ਹੈ, ਜਾਂ ਹੋ ਸਕਦਾ ਹੈ ਅੱਛਾ ਵੀ ਚੱਲ ਰਿਹਾ ਹੋਵੇ ਕਿ ਇਹ ਬੰਦਾ ਨਹੀਂ ਨਹੀਂ ਇਹ ਬੰਦਾ ਤਾਂ ਮੇਰੇ ਵਾਸਤੇ ਬੜਾ ਅੱਛਾ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਨਾ ਕਿ ਲੋਕ ਕਰਜ਼ਾ ਲੈਣ ਆਉਂਦੇ ਹਨ, ਆਪਣੇ ਕੋਲ ਪੈਸਾ ਮੰਗਣ ਆਉਂਦੇ ਹਨ, ਤਾਂ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਇਹ ਸਾਡੇ ਪੈਸੇ ਵਾਪਿਸ ਕਰੇਗਾ ਕਿ ਨਹੀਂ ਕਰੇਗਾ, ਧੋਖਾਧੜੀ ਹੋ ਜਾਂਦੀ ਹੈ ਨਾ। ਅਤੇ ਉਸ ਵੇਲੇ ਇਹ ਚੀਜ਼ ਬੜੀ ਕੰਮ ਕਰਦੀ ਹੈ। ਤੁਸੀਂ ਇਹ ਇੱਕ ਤਾਂ ਪਾਣੀ ਪੀ ਪੀ ਕੇ ਤੁਹਾਡੇ ਅੰਦਰ ਨੈਚੁਰਲ ਵਾਲੀ ਸ਼ਕਤੀ ਆ ਜਾਏਗੀ, ਪਲੱਸ ਉਹ ਨੰਬਰ ਚੈਂਟ ਕਰਦੇ ਜਾਣਾ ਹੈ, ਆਪਣੇ ਕੋਲ ਰੱਖਣਾ ਹੈ, ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਹ ਬੰਦਾ ਸਹੀ ਹੈ, ਵਿਚਾਰੇ ਨੂੰ ਲੋੜ ਹੈ, ਅਤੇ ਜਦੋਂ ਪੈਸੇ ਆਉਣਗੇ ਵਾਪਿਸ ਕਰ ਦੇਗਾ, ਹੈ ਨਾ। ਇਹ ਸਭ ਚੀਜ਼ਾਂ ਹੈ ਜੋ ਤੁਹਾਨੂੰ ਇਸ ਉਪਾਅ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਇਹ ਤੁਹਾਡੇ ਸਾਹਮਣੇ ਅਸੀਂ ਇਹ ਵਾਲਾ ਉਪਾਅ ਇਸ ਕਰਕੇ ਲਿਆਏ ਹਾਂ ਤਾਂ ਕਿ ਤੁਹਾਡੇ ਨਾਲ ਕੋਈ ਵੀ ਬੰਦਾ ਧੋਖਾਧੜੀ ਨਾ ਕਰ ਸਕੇ, ਕੋਈ ਵੀ ਤੁਹਾਨੂੰ ਪਾਗਲ ਨਾ ਬਣਾ ਸਕੇ। ਤੁਸੀਂ ਅਲਰਟ ਰਹੋ ਹਮੇਸ਼ਾ, ਮਤਲਬ ਐਕਟਿਵ ਤੁਹਾਨੂੰ ਰਹਿਣਾ ਹੈ, ਅਲਰਟ ਰਹਿਣਾ ਹੈ ਕਿ ਕੋਈ ਵੀ ਬੰਦਾ ਜੇਕਰ ਮੇਰੇ ਨਾਲ ਗਲਤ ਕਰ ਰਿਹਾ ਹੈ ਤੁਸੀਂ ਉਸਨੂੰ ਪਹਿਲੇ ਹੀ ਫੜ ਲਓ। ਕਿਉਂਕਿ ਕਈ ਬੰਦੇ ਬੜੇ ਹੀ ਭੋਲੇ ਹੁੰਦੇ ਆ, ਉਹਨਾਂ ਦੇ ਸਾਹਮਣੇ ਕੋਈ ਵੀ ਬੰਦਾ ਕੁਝ ਮਿੱਠਾ ਬੋਲ ਦਿੰਦਾ ਹੈ ਨਾ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਬੰਦਾ ਬੜਾ ਚੰਗਾ ਹੈ। ਅਤੇ ਇਸ ਕਰਕੇ ਇਹ ਜਿਹੜਾ ਉਪਾਅ ਹੈ ਜ਼ਰੂਰ ਕਰੋ, ਵਿਸ਼ਵਾਸ ਨਾਲ ਕਰੋ, ਤੁਸੀਂ ਦੇਖੋਗੇ ਤੁਹਾਡੇ ਅੰਦਰ ਇਹ ਖੁਦ ਬ ਖੁਦ ਸ਼ਕਤੀ ਆ ਜਾਏਗੀ। ਇਹ ਨੰਬਰ ਜਿਹੜਾ ਅਸੀਂ ਲਿਆਏ ਹਾਂ ਇਸ ਨੂੰ ਅਭਿਮੰਤ੍ਰਿਤ ਕਰਕੇ, ਬਹੁਤ ਹੀ ਪਾਵਰਫੁਲ ਨੰਬਰ ਹੈ ਜੀ, ਠੀਕ ਹੈ ਜੀ।
ਸੋ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਅਤੇ ਉਪਾਅ। ਚੰਗਾ ਲੱਗਿਆ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਦੂਸਰੇ ਵੀ ਲੋਕਾਂ ਦਾ ਭਲਾ ਹੋ ਸਕੇ ਅਤੇ ਤੁਸੀਂ ਘਰ ਬੈਠੇ ਬੈਠੇ ਪੁੰਨ ਕਮਾਓ ਜੀ। ਅਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।